ਕਿਸਾਨ ਦੋਸਤੋ ਭਾਰਤੀ ਮੌਸਮ ਵਿਭਾਗ ਦੀ ਸਹਾਇਤਾ ਦੇ ਨਾਲ ਆਪਾਂ ਗੱਲ ਕਰਾਂਗੇ ਕਿ 17 ਦਸੰਬਰ 2021 ਤੱਕ ਦਾ ਮੌਸਮ ਕਿਵੇਂ ਰਹੇਗਾ ਇਸ ਤੋਂ ਬਾਅਦ ਜਿਹੜਾ ਪਛਮੀ ਡਿਸਟਰਬੈਂਸ ਆ ਰਿਹਾ ਉਹਦੇ ਬਾਰੇ ਵੀ ਗੱਲ ਕਰਾਂਗੇ ਮੈਂ ਹਕੁਲਦੀਪ ਸਿੰਘ ਸ਼ੇਰਗਲ ਮਰਖਾਈ ਸਭ ਤੋਂ ਪਹਿਲਾਂ ਫਤਈ ਸੱਚ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਕਿਸਾਨ ਦੋਸਤੋ ਆ ਜਿਹੜੇ ਦਿਨ ਚੱਲਦੇ ਐ ਇਹਨਾਂ ਦਿਨਾਂ ਦੇ ਵਿੱਚ ਪਛਮੀ ਡਿਸਟਰਬੈਂਸ ਲਗਾਤਾਰ ਆਉਂਦੇ ਰਹਿੰਦੇ ਐ ਜਿਵੇਂ ਪਿਛਲੇ ਦੋ ਦਾ ਤਿੰਨ ਸਾਲ ਤੁਸੀਂ ਦੇਖਿਆ ਕਿ ਚੰਗੀ ਵਰਖਾ ਹੁੰਦੀ ਰਹੀ ਹੈ ਪਰੰਤੂ ਇਸ ਸਾਲ અપਵਾਦ ਦੇ ਤੌਰ ਤੇ ਪਛਮੀ ਡਿਸਟਰਬੈਂਸ ਉਹਨੇ ਤਾਕਤਵਾਰ ਨਹੀਂ ਆ ਰਹੇ ਜਿਹੜੇ ਪਛਮੀ ਡਿਸਟਰਬੈਂਸ ਆ ਰਹੇ ਆ ਉਹ ਕਾਫੀ ਕਮਜ਼ੋਰ ਹੈ ਜਿਹੜਾ ਹੁਣ ਇਸ ਸਮੇ ਮੌਜੂਦਾ ਪਛਮੀ ਡਿਸਟਰਬੈਂਸ ਹੈ ਇਹ ਤੁਸੀਂ ਦੇਖ ਰਹੇ ਹੋ ਕਿ ਇਸ ਜਗ੍ਹਾ ਦੇ ਉੱਪਰ ਹੈ 15 ਤਰੀਕਾਲਾ ਪਛਮੀ ਡਿਸਟਰਬੈਂਸ ਫੇਰ ਕਮਜ਼ੋਰ ਹੈ ਇਸ ਤੋਂ ਅੱਗੇ ਜਿਹੜਾ 22 23 ਦੇ ਨੇੜੇ ਪਛਮੀ ਡਿਸਟਰਬੈਂਸ ਆਏਗਾ ਇਹਨਾਂ ਨਾਲ ਤਾਂ ਪੂਰਾ ਤਕੜਾ ਹੋਏਗਾ ਥੋੜਾ ਮਜ਼ਬੂਤ ਹੈਗਾ ਪਰੰਤੂ ਉਹ ਵੀ ਕੋਈ ਬਹੁਤਾ ਮਜ਼ਬੂਤ ਪੱਛਮੀ ਡਿਸਟਰਬੈਂਸ ਨਹੀਂ ਹੋਏਗਾ ਤਾਂ ਫੇਰ ਸੰਭਾਵਨਾ ਇਹ ਹੀ ਹੈ ਕਿ ਜਿਵੇਂ ਤੁਸੀਂ ਮਨਚਿਤਰ ਤੋਂ ਦੇਖ ਰਹੇ ਹੋ ਕਿ ਮੇਨ ਜਿਹੜੇ ਬੱਦਲ ਹੈਗੇ ਆ ਪਹਾੜਾਂ ਦੇ ਉੱਪਰ ਹੈ ਤਾਂ ਇਹਦੇ ਕਰਕੇ ਪਹਾੜਾਂ ਦੇ ਉੱਪਰ ਹਲਕੀ ਫੁਲਕੀ ਬਰਫਬਾਰੀ ਹੋਏਗੀ ਇਹ ਨਹੀਂ ਹੈਗਾ ਕਿ ਪਹਾੜਾਂ ਦੇ ਉੱਪਰ ਬਹੁਤ ਜ਼ਿਆਦਾ ਭਾਰੀ ਬਰਫਬਾਰੀ ਹੋਏਗੀ ਤਾਂ 22 23 ਤੱਕ ਇਹੋ ਜਿਹੇ ਹਾਲਾਤ ਹੀ ਰਹਿਣੇ ਆ ਮੈਦਾਨੀ ਇਲਾਕੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਆਪਾਂ ਭਾਰਤੀ ਮੌਸਮ ਵਿਭਾਗ ਦਾ ਜੋ ਵੈਦਰ ਫੋਰਕਾਸਟ ਬਲਟਨ ਹੈ ਜਿਹੜਾ ਇਹਨਾਂ ਨੇ 14 ਦਸੰਬਰ ਨੂੰ ਸਵੇਰ ਦੇ 7:45 ਵਜੇ ਤੇ ਜਾਰੀ ਕੀਤਾ ਉਹਨੂੰ ਦੇਖ ਲਈਏ ਤਾਂ ਇਹਨਾਂ ਦਾ ਦੋ ਤਿੰਨ ਗੱਲਾਂ ਤੇ ਇਹਨਾਂ ਨੇ ਮੇਨ ਕਹੀਆਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜਾ ਉੱਪਰਲਾ ਏਰੀਆ ਕਸ਼ਮੀਰ ਲਦਾਖ ਗਿਲਗਿਤ ਬਲਿਸਤਾਨ ਮੁਜ਼ਫਰਾਬਾਦ ਅਗਲੇ 5 ਦਿਨਾਂ ਤੱਕ ਇੱਥੇ ਹਰ ਕੋਈ ਥਾਵਾਂ ਤੇ ਹਲਕੀ ਫੁਲਕੀ ਵਰਖਾ ਜਾਂ ਬਰਫ਼ ਪੈ ਸਕਦੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ 16 ਅਤੇ 17 ਦੇ ਦਰਮਿਆਨ ਉੱਚੀਆਂ ਚੋਟੀਆਂ ਤੇ ਹਲਕੀ ਬਰਫ਼ ਤੇ ਕਿਤੇ-ਕਿਤੇ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ। ਬਾਕੀ ਸਾਰੇ ਭਾਰਤ ਦੇ ਵਿੱਚ ਜ਼ਿਆਦਾਤਰ ਹਿੱਸੇ ਦੇ ਵਿੱਚ ਜਿਹੜਾ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਉੱਤਰੀ ਰਾਜਸਥਾਨ, ਗੰਗਾ ਨਗਰ, ਹਨਮਾਨਗੜ੍ਹ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਇਹਦੇ ਨਾਲ ਮੱਧ ਪ੍ਰਦੇਸ਼ ਹੈ। ਇੱਥੇ ਜਿਹੜਾ ਤਾਪਮਨ ਹੈਗਾ ਉਹ 6 ਤੋਂ 10 ਡਿਗਰੀ ਕਿਉਂਕਿ ਰਾਤ ਦਾ ਤਾਪਮਨ 6 ਤੋਂ 10 ਡਿਗਰੀ ਦੇ ਨੇੜੇ ਬਣਿਆ ਰਹੇਗਾ ਤੇ ਅਗਲੇ 2-3 ਦਿਨਾਂ ਤੱਕ ਇਸ ਤਾਪਮਨ ਦੇ ਵਿੱਚ ਕੋਈ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਹੈਗੀ ਕਲੀਅਰ ਹੋ ਗਿਆ ਜੀ ਧੁੰਦ ਦੀ ਕੋਈ ਜ਼ਿਆਦਾ ਸੰਭਾਵਨਾ ਨਹੀਂ ਹੈਗੀ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਲਦਾਖ ਇਸ ਏਰੀਏ ਦੇ ਵਿੱਚ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਪ੍ਰਾਂਤੂ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਤੇ ਪੱਛਮੀ ਰਾਜਸਥਾਨ ਇੱਥੇ ਵਰਖਾ ਦੀ ਕੋਈ ਵੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਨੇ ਪ੍ਰਗਟ ਨਹੀਂ ਕੀਤੀ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਵਾਰਨਿੰਗ ਜਾਰੀ ਕੀਤੀ ਹੈ ਕੇਵਲ ਤੇ ਕੇਵਲ ਇਹ ਪੂਰਬੀ ਸਟੇਟਾਂ ਦੇ ਵਿੱਚ ਧੁੰਦ ਪੈਣ ਦੀ ਵਾਰਨਿੰਗ ਜਾਰੀ ਕੀਤੀ ਹੈ ਤਾਂ ਜ਼ਿਲ੍ਹੇਵਾਰ ਕੁਝ ਜ਼ਿਆਦਾ ਕੁਝ ਨਹੀਂ ਹੈਗਾ ਜੇ ਜ਼ਿਲ੍ਹੇਵਾਰ ਦੇਖੋਗੇ ਤਾਂ ਪੂਰਾ ਪੰਜਾਬ ਖੁਸ਼ਕ ਹੈ ਕੋਈ ਵਾਰਨਿੰਗ ਜਾਰੀ ਨਹੀਂ ਹੋਈ ਹਰਿਆਣਾ ਵੀ ਖੁਸ਼ਕ ਹੈ ਕੋਈ ਵਾਰਨਿੰਗ ਨਹੀਂ ਹੈਗੀ ਰਾਜਸਥਾਨ ਵੀ ਖੁਸ਼ਕ ਹੈ ਕੋਈ ਵਾਰਨਿੰਗ ਨਹੀਂ ਹੈਗੀ ਇਸੇ ਤਰੀਕੇ ਦੇ ਨਾਲ ਜਿਹੜਾ ਆਪਣਾ ਪੱਛਮੀ ਪਹਿਲਾਂ ਜੰਮੂ ਜੰਮੂ ਦੇ ਵਿੱਚ ਬੱਦਲਬਾਈ ਤੇ ਖੁਸ਼ਕ ਤਾਪਮਨ ਤੁਸੀਂ ਇਹ ਦੇਖ ਲਓ ਕਿ 2-3 ਦਿਨ ਤੱਕ ਜਿਵੇਂ ਚੱਲ ਰਹੇ ਉੱਥੇ ਹੀ ਫਿਰ ਉਸ ਤੋਂ ਬਾਅਦ ਤਾਪਮਨ ਢਿੱਗਣਗੇ ਤਾਪਮਨ ਦੇ ਵਿੱਚ ਤਾਂ ਜੇ ਤੁਸੀਂ ਫਿਰੋਜ਼ਪੁਰ ਵੀ ਦੇਖੋਗੇ ਜਾਂ ਹੋਰ ਏਰੀਆ ਦੇਖੋਗੇ ਤਾਂ ਹਰ ਏਰੀਆ ਦੇ ਵਿੱਚ ਹੀ ਤਾਪਮਨ ਡਾਊਨ ਜਾ ਰਿਹਾ ਹੈ ਜਿਸ ਤਰ੍ਹਾਂ ਇਹ ਜਲੰਧਰ ਹੈ ਜਲੰਧਰ ਰਾਤ ਦਾ ਤਾਪਮਨ ਜਿਹੜਾ ਹੈਗਾ ਕਾਫੀ ਜ਼ਿਆਦਾ ਡਾਊਨ ਜਾ ਰਿਹਾ ਹੈ ਇਸੇ ਤਰੀਕੇ ਨਾਲ ਸ਼੍ਰੀ ਅਮਰਸਾਹ ਸਾਹਿਬ ਦੇਖੋਗੇ ਤਾਂ ਰਾਤ ਦੇ ਤਾਪਮਨ ਦੇ ਵਿੱਚ ਗਰਾਵਟ ਆ ਰਹੀ ਹੈ 19 ਦਸੰਬਰ ਦੇ ਨੇੜੇ ਦੇਖੋ 2 ਡਿਗਰੀ ਤੇ ਜਾ ਰਿਹਾ ਹੈ 2-3 ਦਿਨ ਤਾਪਮਨ ਉਹੀ ਰਹਿਣਗੇ ਉਸ ਤੋਂ ਬਾਅਦ ਦੇ ਵਿੱਚ ਤਾਪਮਨ ਇੱਕਦਮ ਰਾਤ ਦੇ ਕੁਝ ਡਿੱਗਣਗੇ ਇਹ ਸਥਿਤੀ ਤਾਂ ਬਣੇਗੀ ਬਣੇਗੀ ਪਰੰਤੂ ਤਾਪਮਾਨ ਦਾ ਇੱਕੋਸਾ ਵੇਕ ਕਿ ਜੇ ਇਸ ਸਮੇਂ ਪੱਛਮੀ ਡਿਸਟਰਬੈਂਸ ਹੁੰਦਾ ਪੱਛਮੀ ਡਿਸਟਰਬੈਂਸ ਦੇ ਅਗਲੇ ਪਾਸੇ ਗਰਮ ਹਵਾ ਹੁੰਦੀ ਹੈ ਤਾਂ ਉਹ ਗਰਮ ਹਵਾ ਜਿਹੜੀ ਤਾਪਮਾਨ ਨੂੰ ਇੱਕ ਵਾਰੀ ਵਧਾ ਦਿੰਦੀ ਹੈ ਜਿਵੇਂ ਪੱਛਮੀ ਡਿਸਟਰਬੈਂਸ ਨਿਕਲਦਾ ਹੈ ਤੇ ਹਵਾਵਾਂ ਜਿਹੜੀਆਂ ਤੇਜ਼ੀ ਨਾਲ ਆਉਣੀਆਂ ਸ਼ੁਰੂ ਹੁੰਦੀਆਂ ਪੱਛਮੀ ਹਵਾਵਾਂ ਪਹਾੜਾਂ ਦੇ ਉੱਪਰ ਜਿੱਥੇ برف ਪਈ ਹੁੰਦੀ ਹੈ ਉਹਦੇ ਨਾਲ ਫਿਰ ਤਾਪਮਾਨ ਡਿੱਗਣਾ ਸ਼ੁਰੂ ਹੋ ਜਾਂਦਾ ਜੇ ਤੁਸੀਂ ਮੌਜੂਦਾ ਹਾਲਾਤ ਦੇਖਦੇ ਹੋ ਕਿ ਹਵਾ ਦੇਖੋ ਬਹੁਤ ਸਲੋ ਚੱਲ ਰਹੀ ਹੈ ਇਸੇ ਕਰਕੇ ਜਿਹੜਾ ਇਸ ਸਮੇਂ ਹਾਲਾਤ ਬਣੇ ਹੋਏ ਹੈ ਕਿ ਆ ਦਿੱਲੀ ਦੇ ਉੱਪਰ ਤੁਸੀਂ ਦੇਖੋ ਹਵਾ ਗੋਲ ਕੋ ਮਰੀ ਇੱਥੇ ਆ ਗਈ ਤਾਂ ਇਸ ਜਗ੍ਹਾ ਤੇ ਪੂਰਾ ਪ੍ਰਦੂਸ਼ਣ ਇਸ ਸਮੇਂ ਇਕੱਠਾ ਹੋ ਰਿਹਾ ਹੈ ਤਾਂ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ 17 ਤੱਕ ਤਾਂ ਮੌਸਮ ਖੁਸ਼ ਕਹਿ ਗਈ ਹੈਗਾ ਜਿਹੜਾ ਅਗਲਾ ਪੱਛਮੀ ਡਿਸਟਰਬੈਂਸ ਆ ਰਿਹਾ ਉਹ ਵੀ ਇੰਨਾ ਜਿਆਦਾ ਦਮਦਾਰ ਨਹੀਂ ਹੈਗਾ ਤਾਂ ਇਹਦੇ ਕਰਕੇ 22 23 ਤੱਕ ਸੰਭਾਵਨਾ ਹੈਗੀ ਹੈ ਕਿ ਮੌਸਮ ਖੁਸ਼ ਕੀ ਬਣਿਆ ਰਹੇਗਾ ਚਾਹੇ ਉਹ ਉੱਤਰ ਪੱਛਮ ਭਾਰਤ ਦਾ ਕੋਈ ਵੀ ਕੋਨਾ ਹੈਗਾ ਕੇਵਲ ਪਹਾੜਾਂ ਦੇ ਵਿੱਚ ਹਲਕੀ ਵਰਖਾ ਤੇ ਹਲਕੀ ਬਰਸਪਾਰੀ ਦੀ ਸੰਭਾਵਨਾ ਹੈ ਜੇਕਰ ਕੋਈ ਇਹ ਪਹਾੜਾਂ ਤੇ ਘੁੰਮਣ ਜਾਣਾ ਚਾਹੁੰਦਾ ਹੈ ਕਿ ਭਾਰੀ ਬਰਸਪਾਰੀ ਹੋਏਗੀ ਤਾਂ ਇਸ ਸਮੇਂ ਕੋਈ ਇਹੋ ਜਿਹੀ ਸੰਭਾਵਨਾ ਨਹੀਂ ਹੈਗੀ ਤਾਂ ਉਮੀਦ ਕਰਦਾ ਹਾਂ ਕਿ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ